ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਕਿ ਤੁਸੀਂ ਸਾਰੇ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਵੋਗੇ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਆਪਣੇ ਇਸ ਚੈਨਲ ਦੇ ਜ਼ਰੀਏ ਤੁਹਾਡੇ ਨਾਲ ਸੱਚੀਆਂ ਘਟਨਾਵਾਂ ਜੋ ਕਰਾਮਾਤਾ ਵਾਹਿਗੁਰੂ ਜੀ ਦੇ ਦੁਆਰਾ ਹੁੰਦੀਆਂ ਹਨ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਅੱਜ ਜਿਹੜੀ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਸੰਦੀਪ ਕੌਰ ਲੜਕੀ ਇੱਕ ਉਹਦੇ ਹੱਡ ਬੀਤੀ ਹੈ। ਅਤੇ ਉਹ ਦੱਸਦੇ ਨੇ ਵੀ ਜਦੋਂ ਛੋਟੇ ਹੁੰਦੇ ਸੀਗੇ ਅਤੇ ਉਹ ਅਤੇ ਉਹਦੀ ਇੱਕ ਸਿਸਟਰ ਸੀਗੀ ਛੋਟੀ, ਅਤੇ ਉਹ ਹੈਗੀ ਸੀ ਉਦੋਂ 4 ਕੁ ਸਾਲ ਦੀ ਸੀਗੀ। ਅਤੇ ਉਹਦੇ ਮਾਤਾ ਜੀ ਕਹਿੰਦੇ ਵੀ ਅਸੀਂ ਮੇਰੇ ਮਾਮਾ ਜੀ ਦੇ ਨਾਲ ਬਾਈਕ 'ਤੇ ਜਾ ਰਹੇ ਸੀਗੇ ਅਤੇ ਰਸਤੇ ਦੇ ਵਿੱਚ ਅਚਾਨਕ ਵੀ ਸਾਡਾ ਐਕਸੀਡੈਂਟ ਹੋ ਗਿਆ ਅਤੇ ਮੇਰੀ ਛੋਟੀ ਸਿਸਟਰ ਅਤੇ ਮੇਰੇ ਮੰਮਾ ਸੀ ਜਿਹੜੇ ਉਹਨਾਂ ਦੀ ਵੀ ਡੈਥ ਹੋ ਗਈ ਸੀ। ਅਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੇ ਵਿਆਹ ਕਰਵਾ ਲਿਆ ਸੀ ਹੋਰ, ਅਤੇ ਜਿਹੜੀ ਇਹ ਲੜਕੀ ਸੀਗੀ ਇਹਨੂੰ ਇਹਦੇ ਮਾਮਾ ਜੀ ਨੇ ਹੀ ਰੱਖਿਆ ਅਤੇ ਉਹਨਾਂ ਨੇ ਹੀ ਪਾਲਿਆ ਸੀਗਾ। ਅਤੇ ਉਹ ਦੱਸਦੀ ਹੈ ਵੀ ਕਿਵੇਂ ਉਹਦੀ ਦੁੱਖ ਭਰੀ ਜ਼ਿੰਦਗੀ, ਪਹਿਲਾਂ ਵੀ ਉਹਦੇ ਫਾਦਰ ਸਾਹਿਬ ਬੰਨੀ ਹੋ ਸੀਗੀ ਅਤੇ ਫਿਰ ਉਸ ਤੋਂ ਬਾਅਦ ਉਹਦੇ ਮਾਮਾ ਸੀ ਜਿਹੜੀ ਉਹਦੀਆਂ ਮਾਮੀਆਂ ਸੀਗੀਆਂ ਉਹਨੂੰ ਤੰਗ ਕਰਦੀਆਂ ਸੀ, ਤੰਗ ਪਰੇਸ਼ਾਨ ਕਿਸ ਤਰ੍ਹਾਂ ਕਰਦੀਆਂ ਸੀਗੀਆਂ। ਅਤੇ ਉਸ ਤੋਂ ਬਾਅਦ ਜਦੋਂ ਉਹਦੀ ਮੈਰਿਜ ਹੋ ਗਈ ਕਹਿੰਦੇ ਤੀਜੀ ਜਗ੍ਹਾ ਦੁੱਖ ਮਿਲਿਆ ਜਿੱਥੇ ਉਹ ਉਹਦੇ ਸਹੁਰਾ ਪਰਿਵਾਰ ਦੇ ਵਿੱਚ ਸੀਗੇ ਅਤੇ ਉਹਨੂੰ ਪਤਾ ਲੱਗਿਆ ਵੀ ਉਹਦਾ ਜਿਹੜਾ ਪਤੀ ਹੈ ਵੀ ਉਹ ਨਸ਼ੇੜੀ ਹੈ। ਕੁਛ ਟਾਈਮ ਬਾਅਦ ਹੀ ਮਾਰਕੁੱਟ ਹੁੰਦੀ ਸੀ, ਕਿਸ ਤਰ੍ਹਾਂ ਵੀ ਉਹਦੀ ਜ਼ਿੰਦਗੀ ਪੂਰੀ ਦੁੱਖਾਂ ਭਰੀ ਹੀ ਸੀਗੀ। ਅਤੇ ਫਿਰ ਉਹਨੇ ਮਤਲਬ ਗੁਰਬਾਣੀ ਨਾਲ ਜੁੜ ਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਓਟ ਆਸਰਾ ਲੈ ਕੇ ਕਿਵੇਂ ਵੀ ਉਹਦੀ ਜ਼ਿੰਦਗੀ ਸੁਖਾਲੀ ਹੋਈ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਅਤੇ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਜਿਹੜੀ ਘਟਨਾ ਉਹ ਸਮਝ ਆ ਸਕੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕੋਈ ਮੁਸੀਬਤ ਆਉਂਦੀ ਹੈ, ਕੋਈ ਤਕਲੀਫ 'ਚ ਹੁੰਦਾ ਇਨਸਾਨ, ਤਾਂ ਕੋਈ ਵੀ ਰਿਸ਼ਤੇਦਾਰ ਨਾਲ ਨਹੀਂ ਖੜਦਾ। ਉਸੇ ਤਰ੍ਹਾਂ ਉਹ ਕੁੜੀ ਨਾਲ ਹੋਇਆ ਸੀਗਾ। ਅਤੇ ਕਿਸ ਤਰ੍ਹਾਂ ਵੀ ਮਤਲਬ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਜਦੋਂ ਆਪਾਂ ਕਿਸੇ ਪ੍ਰੋਬਲਮ ਦੇ ਵਿੱਚ ਹੁੰਦੇ ਹਾਂ ਤਾਂ ਉਹ ਫੋਨ ਵੀ ਨਹੀਂ ਚੱਕਦੇ ਹੁੰਦੇ, ਹੈ ਨਾ, ਜਾਂ ਕਹਿ ਲਓ ਵੀ ਸਾਥ ਨਹੀਂ ਦਿੰਦੇ, ਬਿਲਕੁਲ ਵੀ ਸਾਥ ਛੱਡ ਜਾਂਦੇ ਨੇ। ਇਸ ਦੇ ਤਰ੍ਹਾਂ ਉਹ ਆਪਣੀ ਔਲਾਦ ਨੂੰ ਤਾਂ ਵਧੀਆ ਪਾਲਦੇ ਸੀਗੇ, ਵਧੀਆ ਉਹ ਕਰਦੇ ਸੀ, ਮਤਲਬ ਖਿਆਲ ਰੱਖਦੇ ਸੀ, ਪਰ ਉਹ ਲੜਕੀ ਤੋਂ ਬਹੁਤ ਕੰਮ ਕਰਵਾਉਂਦੇ ਸੀਗੇ। ਅਤੇ ਇਸੇ ਤਰ੍ਹਾਂ ਇੱਕ ਵਾਰ ਕਿਸੇ ਨੇ ਪੁੱਛਿਆ ਵੀ ਸਭ ਤੋਂ ਵੱਧ ਤਕਲੀਫ ਕੌਣ ਦਿੰਦਾ, ਤਾਂ ਅੱਗੋਂ ਕੋਈ ਵਿਅਕਤੀ ਬੋਲਿਆ ਕਹਿੰਦਾ ਵੀ ਸਭ ਤੋਂ ਵੱਧ ਤਕਲੀਫ ਸਮਾਂ ਦਿੰਦਾ। ਜੇ ਤੁਹਾਡਾ ਸਮਾਂ ਵਧੀਆ ਚੱਲ ਰਿਹਾ, ਕਿਸੇ ਦੀ ਕੀ ਔਕਾਤ ਹੈ ਵੀ ਤੁਹਾਨੂੰ ਦੁੱਖ ਦੇ ਦੇਵੇ, ਅਤੇ ਮਾੜੇ ਸਮੇਂ ਦੇ ਚੱਲਦੇ ਹੀ ਤੁਹਾਨੂੰ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਨੇ ਅਤੇ ਜਣੇ ਖਣੇ ਦੀਆਂ ਗੱਲਾਂ ਸੁਣਨੀਆਂ ਪੈ ਜਾਂਦੀਆਂ ਨੇ। ਪਰ ਘਬਰਾਉਣ ਦੀ ਲੋੜ ਨਹੀਂ, ਇਨਸਾਨ ਛੱਡੋ ਇੱਕ ਰੁੱਖ ਵੀ ਪੱਤਝੜ ਹੰਢਾਉਂਦਾ ਹੁੰਦਾ, ਜਦੋਂ ਉਹਦਾ ਇਕੱਲਾ ਇਕੱਲਾ ਪੱਤਾ ਝੜ ਜਾਂਦਾ ਤਾਂ ਸਾਰੇ ਪੰਛੀ ਉਸਦੇ ਨਾਲੋਂ ਨਾਤਾ ਤੋੜ ਲੈਂਦੇ ਨੇ, ਪਰ ਉਹ ਇਹ ਸਭ ਦੀ ਪਰਵਾਹ ਕੀਤੇ ਬਿਨਾਂ ਇਕੱਲਾ ਖੜ੍ਹਾ ਰਹਿੰਦਾ ਅਤੇ ਅੰਤ ਨੂੰ ਜਦੋਂ ਉਹਦਾ ਸਹੀ ਸਮਾਂ ਆਉਂਦਾ ਤਾਂ ਉਹ ਫਿਰ ਤੋਂ ਹਰਿਆ ਭਰਿਆ ਬਣ ਜਾਂਦਾ ਅਤੇ ਉਸਦੇ ਆਲੇ ਦੁਆਲੇ ਮੁੜ ਤੋਂ ਚਹਿਲ ਪਹਿਲ ਰਹਿਣ ਲੱਗ ਜਾਂਦੀ ਹੁੰਦੀ ਹੈ। ਅਤੇ ਮਹਾਰਾਜ ਕਹਿੰਦੇ ਹੁੰਦੇ ਨੇ ਵੀ ਜਿਹੜਾ ਸਬਰ ਨੂੰ ਵੱਡਾ ਕਰ ਜਾਂਦਾ ਅਤੇ ਵੱਡੇ ਤੋਂ ਵੱਡਾ ਦੁੱਖ ਵੀ ਉਹਦੇ ਮੂਹਰੇ ਛੋਟਾ ਪੈ ਜਾਂਦਾ ਹੁੰਦਾ। ਇਸੇ ਕਰਕੇ ਆਪਾਂ ਨੂੰ ਤਕਲੀਫ ਦੇ ਵਿੱਚ, ਦੁੱਖਾਂ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ, ਵਾਹਿਗੁਰੂ ਮਹਾਰਾਜ ਦਾ ਆਸਰਾ ਲੈਣਾ ਚਾਹੀਦਾ, ਅਰਦਾਸ ਕਰਨੀ ਚਾਹੀਦੀ ਆ, ਕਿਉਂਕਿ ਜਿੰਨੀ ਸ਼ਕਤੀ ਅਰਦਾਸ ਦੇ ਵਿੱਚ ਹੈਗੀ ਹੈ ਤਾਂ ਕਿਸੇ ਵੀ ਚੀਜ਼ ਨਹੀਂ ਹੈਗੀ। ਉਹ ਜੇ ਆਪਣੇ ਮਤਲਬ ਲੇਖ ਬੁਰੇ ਨੇ ਤਾਂ ਉਹਨਾਂ ਨੂੰ ਬਦਲਣ ਦੀ ਤਾਕਤ ਵੀ ਵਾਹਿਗੁਰੂ ਦੇ ਹੱਥ ਹੈਗੀ ਹੈ ਅਤੇ ਉਹਨਾਂ ਕੋਲ ਇਹ ਸਿਰਫ ਇੱਕ ਅਜਿਹੀ ਕਲਮ ਹੈਗੀ ਆ ਵੀ ਜਿਹੜੀ ਆਪਣੀ ਜ਼ਿੰਦਗੀ ਨੂੰ ਦੁੱਖਾਂ ਦੇ ਵਿੱਚੋਂ ਕੱਢ ਕੇ ਸੁੱਖਾਂ ਦੇ ਵਿੱਚ ਪਾ ਸਕਦੀ ਹੈ।
ਅਤੇ ਇਸੇ ਤਰ੍ਹਾਂ ਚਲੋ ਆਪਾਂ ਗੱਲ ਕਰਦੇ ਹਾਂ ਵੀ ਸੰਦੀਪ ਭੈਣ ਨਾਲ ਕਿਸ ਤਰ੍ਹਾਂ ਹੋਇਆ ਸੀ। ਅਤੇ ਸੰਦੀਪ ਭੈਣ ਦੱਸਦੇ ਨੇ ਵੀ ਜਦੋਂ ਛੋਟੇ ਹੁੰਦੇ ਸੀਗੇ ਅਤੇ ਘਰ ਦਾ ਮਾਹੌਲ ਠੀਕ ਸੀਗਾ, ਵੀ ਠੀਕ ਚੱਲ ਰਿਹਾ ਸੀ, ਪਰ ਉਦੋਂ ਬਹੁਤ ਛੋਟੇ ਸੀਗੇ ਵੀ ਉਹਨਾਂ ਨੂੰ ਬਹੁਤਾ ਕੁਛ ਨਹੀਂ ਯਾਦ ਹੈਗਾ। ਅਤੇ ਉਹ ਦੱਸਦੇ ਨੇ ਵੀ ਉਹ ਆਪਣੇ ਛੁੱਟੀਆਂ ਦੇ ਵਿੱਚ ਨਾਨਕੇ ਘਰ ਆਏ ਹੋਏ ਸੀਗੇ ਅਤੇ ਉਹਦੇ ਮਾਮਾ ਜੀ ਨੇ ਜਿਹੜੇ ਉਹ ਉਹਨਾਂ ਨੂੰ ਵਾਪਸ ਛੱਡਣ ਦੇ ਲਈ ਜਾ ਰਹੇ ਸੀਗੇ। ਅਤੇ ਰਸਤੇ ਦੇ ਵਿੱਚ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਅਤੇ ਉਹਦੇ ਜਿਹੜੇ ਮਾਤਾ ਜੀ ਸੀਗੇ ਅਤੇ ਉਹ ਲੜਕੀ ਸੀਗੀ ਛੋਟੀ, ਤਾਂ ਉਹ ਉਹਨਾਂ ਦੀ ਗੋਦੀ ਦੇ ਵਿੱਚ ਹੀ ਸੀਗੀ ਅਤੇ ਇਹ ਜਿਹੜੀ ਵੱਡੀ ਲੜਕੀ ਆ ਇਹ ਵਿਚਾਲੇ ਬੈਠੀ ਹੋਈ ਸੀਗੀ ਸੰਦੀਪ ਕੌਰ। ਅਤੇ ਕਹਿੰਦੇ ਵੀ ਉਹਨਾਂ ਨੂੰ ਜ਼ਿਆਦਾ ਸੱਟ ਲੱਗੀ, ਪਿੱਛੇ ਤੋਂ ਕਿਸੇ ਨੇ ਪਿੱਛੇ ਤੋਂ ਕਿਸੇ ਨੇ ਵਿੱਚ ਮਾਰਿਆ ਸੀਗਾ ਅਤੇ ਬਾਈਕ ਦੇ, ਅਤੇ ਕਹਿੰਦੇ ਵੀ ਉਹਨਾਂ ਦੀ ਉੱਥੇ ਹੀ ਡੈਥ ਹੋ ਗਈ ਸੀ। ਅਤੇ ਜਿਹੜੀ ਉਹ ਛੋਟੀ ਸੰਦੀਪ ਕੌਰ ਲੜਕੀ ਸੀਗੀ ਤਾਂ ਉਹ ਇੱਕ ਵਾਰੀ ਤਾਂ ਆਪਣੇ ਮਤਲਬ ਪਾਪਾ ਦੇ ਘਰ ਗਈ ਅਤੇ ਉਹਦੇ ਪਾਪਾ ਸੀ ਜਿਹੜੇ ਉਹਨਾਂ ਨੇ ਹੋਰ ਵਿਆਹ ਕਰਵਾ ਲਿਆ ਸੀ ਕੁਛ ਟਾਈਮ ਦੇ ਬਾਅਦ ਹੀ, 7-8 ਮਹੀਨੇ ਹੋਏ ਸੀ। ਕਹਿੰਦੇ ਵੀ ਉਸ ਤੋਂ ਬਾਅਦ ਉਹਨਾਂ ਨੇ ਹੋਰ ਵਿਆਹ ਕਰਵਾ ਲਿਆ ਅਤੇ ਉਹਦੇ ਦਾਦੀ ਜੀ ਵੀ ਹੈਗੇ ਸੀਗੇ, ਵੀ ਉਹਦੇ ਦਾਦੀ ਜੀ ਉਹਦਾ ਬਹੁਤ ਕਰਦੇ ਸੀ ਪਹਿਲਾਂ। ਅਤੇ ਕਹਿੰਦੇ ਵੀ ਜਦੋਂ ਉਹਦੇ ਫਾਦਰ ਸਾਹਿਬ ਨੇ ਹੋਰ ਵਿਆਹ ਕਰਵਾ ਲਿਆ ਤਾਂ ਉਸ ਤੋਂ ਬਾਅਦ ਉਹ ਜਿਹੜੀ ਲੜਕੀ ਸੀ ਉਹ 5 ਸਾਲ ਦੀ ਹੋ ਗਈ ਸੀ ਕਹਿੰਦੇ ਉਦੋਂ। ਅਤੇ ਵੀ ਉਹ ਜਿਹੜੇ ਉਹਦੇ ਮੰਮੀ ਆਏ ਸੀ ਨਵੇਂ ਅਤੇ ਉਹ ਕੁਛ ਟਾਈਮ ਤਾਂ ਵੀ ਉਹਦੇ ਨਾਲ ਠੀਕ ਵਿਵਹਾਰ ਕਰਿਆ 3-4 ਮਹੀਨੇ। ਉਸ ਤੋਂ ਬਾਅਦ ਕਹਿੰਦੇ ਵੀ ਉਹ ਹਮੇਸ਼ਾ ਗਾਲਾਂ ਦੇ ਜਾਣੀਆਂ ਵੀ ਤੇਰੀ ਮਾਂ ਮਰ ਗਈ, ਵੀ ਤੈਨੂੰ ਸਾਡੇ ਲਈ ਛੱਡ ਗਈ, ਕਾਫੀ ਕੁਛ ਮਤਲਬ ਗਲਤ ਬੋਲਣਾ। ਅਤੇ ਕਹਿੰਦੇ ਵੀ ਛੋਟੀ ਸੀ ਸਹਿਣ ਨਾ ਹੋਣਾ, ਆਂਢੀ ਗੁਆਂਢੀਆਂ ਨੇ ਬੜਾ ਤਰਸ ਕਰਨਾ ਕਹਿੰਦੇ ਵੀ ਮੇਰੇ 'ਤੇ। ਅਤੇ ਕਹਿੰਦੇ ਦਾਦੀ ਜੀ ਵੀ ਉਹਨੂੰ ਕਹਿੰਦੇ ਰਹਿੰਦੇ ਵੀ ਕੁਛ ਨਾ ਕੁਛ ਵੀ ਤੁਸੀਂ ਤੁਹਾਡੇ ਨਾਲ ਗੱਲ ਕਰੀ ਸੀ ਵੀ ਬੱਚੀ ਨੂੰ ਸੰਭਾਲਣਾ, ਇਹ ਵੀ ਇੱਦਾਂ ਨਹੀਂ ਕਰਨਾ, ਵੀ ਇਹਦਾ ਕੀ ਕਸੂਰ ਹੈ, ਹੈ ਨਾ, ਵੀ ਇਹਦੇ ਮੰਮਾ ਦੀ ਡੈਥ ਹੋ ਗਈ ਤਾਂ ਕਹਿੰਦੇ ਦਾਦੀ ਨੇ ਮੇਰਾ ਬਹੁਤ ਕਰਨਾ ਅਤੇ ਮੇਰੇ ਫਾਦਰ ਸਾਹਿਬ ਨੇ ਵੀ ਮੇਰਾ ਦਿਨ ਤਾਂ ਕੰਮ 'ਤੇ ਚਲੇ ਜਾਣਾ, ਰਾਤ ਨੂੰ ਆਉਣਾ ਵੀ ਬਹੁਤਾ ਕੋਈ ਖਿਆਲ ਨਹੀਂ ਸੀ ਕਰਦੇ ਹੈਗੇ। ਅਤੇ ਉਸ ਤੋਂ ਬਾਅਦ ਕਹਿੰਦੇ ਵੀ ਮੇਰੇ ਜਿਹੜੇ ਉਹਦੇ ਮੰਮੀ ਸੀਗੇ ਨਵੇਂ ਮਤਲਬ ਫਾਦਰ ਸਾਹਿਬ ਨੇ ਵਿਆਹ ਕਰਵਾਇਆ ਸੀ ਉਹਨਾਂ ਕੋਲ ਕਹਿੰਦੇ ਬੇਟਾ ਹੋ ਗਿਆ ਅਤੇ 1 ਸਾਲ ਦੇ ਬਾਅਦ, ਅਤੇ ਕਹਿੰਦੇ ਵੀ ਉਹਨਾਂ ਨੇ ਮੇਰਾ ਖਿਆਲ ਤਾਂ ਜਮੀ ਛੱਡਤਾ, ਮੈਨੂੰ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਲਾਤਾ ਸੀਗਾ ਅਤੇ ਕਹਿੰਦੇ ਮੈਂ ਸਕੂਲ ਜਾਇਆ ਕਰਾਂ, ਆਪਣੇ ਆਪ ਹੀ ਚੱਲੀ ਜਾਇਆ ਕਰਾਂ, ਆਪਣੇ ਆਪ ਹੀ ਆ ਜਾਇਆ ਕਰਾਂ, ਕੋਈ ਪਰਵਾਹ ਨਹੀਂ ਸੀ ਹੁੰਦੀ ਵੀ ਮੈਂ ਕਿੱਥੇ ਆਂਗੀ। ਅਤੇ ਕਹਿੰਦੇ ਵੀ ਮੈਨੂੰ ਕਿਸੇ ਟਾਈਮ ਤਾਂ ਰੋਟੀ ਦੇਣੀ, ਕਿਸੇ ਟਾਈਮ ਰੋਟੀ ਵੀ ਨਹੀਂ ਸੀ ਦਿੰਦੇ ਹੁੰਦੇ, ਮੈਂ ਭਾਂਡੇ ਭੁੰਡੇ ਮਾਂਜਿਆ ਕਰਾਂ, ਸਵੇਰੇ ਝਾੜੂ ਲਾ ਕੇ ਜਾਇਆ ਕਰਾਂ, ਵੀ ਮੈਂ ਇੰਨੀ ਛੋਟੀ ਸੀ ਫਿਰ ਵੀ ਮੇਰੇ ਤੋਂ ਕੱਪੜੇ ਸਾਰੇ ਧੁਆਇਆ ਕਰਨ ਅਤੇ ਦਿਨ ਸਾਰਾ ਦਿਨ ਕੰਮ 'ਚ ਲਾਈ ਰੱਖਿਆ ਕਰਨ। ਕਹਿੰਦੇ ਵੀ ਉਸ ਤੋਂ ਥੋੜ੍ਹਾ ਟਾਈਮ ਬਾਅਦ ਹੀ 1.5 ਸਾਲ ਬਾਅਦ ਮੇਰੀ ਦਾਦੀ ਦੀ ਡੈਥ ਹੋ ਗਈ ਅਤੇ ਕਹਿੰਦੇ ਵੀ ਮੇਰੀ ਉਸ ਤੋਂ ਬਾਅਦ ਕੋਈ ਵੀ ਉੱਥੇ ਦੇਖਭਾਲ ਕਰਨ ਵਾਲਾ ਜਾਂ ਮੇਰੇ ਨਾਲ ਗੱਲਬਾਤ ਕਰਨ ਵਾਲਾ ਕੋਈ ਵੀ ਨਹੀਂ ਸੀ ਰਿਹਾ ਹੈਗਾ। ਅਤੇ ਕਹਿੰਦੇ ਮੇਰੇ ਮਾਮਾ ਜੀ ਨੂੰ ਸਾਰਾ ਕੁਛ ਪਤਾ ਸੀ ਕਿਉਂਕਿ ਮੇਰੇ ਦਾਦੀ ਸੀ ਜਿਹੜੇ ਵੀ ਉਹਨਾਂ ਨੇ ਮੇਰੇ ਮਾਮਾ ਜੀ ਨੂੰ ਸਾਰਾ ਕੁਛ ਦੱਸਦੇ ਹੁੰਦੇ ਸੀ ਜਦੋਂ ਵੀ ਉਹ ਮੈਨੂੰ ਮੇਰੇ ਨਾਉਂਦੇ ਸੀਗੇ ਵੀ ਇੱਦਾਂ ਕਰਦੇ ਇੱਦਾਂ ਕਰਦੇ ਆ, ਪਰ ਉਹ ਮੈਨੂੰ ਪਹਿਲਾਂ ਲੈ ਕੇ ਨਹੀਂ ਸੀ ਗਏ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਮੇਰੇ ਫਾਦਰ ਸਾਹਿਬ ਗੁੱਸਾ ਹੋਣਗੇ। ਅਤੇ ਕਹਿੰਦੇ ਵੀ ਉਸ ਤੋਂ ਬਾਅਦ ਜਦੋਂ ਮੇਰੇ ਦਾਦੀ ਦੀ ਡੈਥ ਹੋ ਗਈ, ਜਿਸ ਦਿਨ ਉਹਨਾਂ ਦਾ ਭੋਗ ਸੀਗਾ ਉਸੇ ਦਿਨ ਉਹ ਮੈਨੂੰ ਆਪਣੇ ਨਾਲ ਲੈ ਗਏ ਸੀ ਅਤੇ ਮੇਰੇ ਫਾਦਰ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਕਹਿੰਦੇ ਵੀ ਰੋਕਿਆ। ਅਤੇ ਉਸ ਤੋਂ ਬਾਅਦ ਇਸ ਮੇਰੇ ਮਾਮਾ ਜੀ ਸੀ ਜਿਹੜੇ ਉਹਨਾਂ ਨੇ ਚਲੋ ਮੈਨੂੰ ਰੱਖਿਆ ਉੱਥੇ ਕਾਫੀ ਟਾਈਮ, ਤਾਂ ਮੇਰੀਆਂ ਜਿਹੜੀਆਂ ਮਾਮੀਆਂ ਸੀ ਕਹਿੰਦੇ ਵੀ ਠੀਕ ਰਹੇ, ਜੁਆਇੰਟ ਫੈਮਿਲੀ ਸੀਗੀ ਉਹਨਾਂ ਦੀ, 2 ਮਾਮਾ ਜੀ ਇੱਕੋ ਹੀ ਘਰ ਰਹਿੰਦੇ ਸੀਗੇ ਅਤੇ ਨਾਨੀ ਵੀ ਹੈਗੀ ਸੀਗੀ, ਨਾਨੀ ਬਹੁਤ ਵਧੀਆ ਕਰਦੇ ਸੀ ਕਹਿੰਦੇ ਮੇਰਾ। ਅਤੇ ਕਹਿੰਦੇ ਵੀ ਜਦੋਂ ਇਸ ਤਰ੍ਹਾਂ ਚੱਲਦਾ ਰਿਹਾ ਹੌਲੀ ਹੌਲੀ ਮਾਮੀਆਂ ਸੀ ਜਿਹੜੀਆਂ ਉਹ ਵੀ ਕੰਮ ਕਰਵਾਉਣ ਲੱਗ ਗਈਆਂ ਅਤੇ ਉੱਥੇ ਇੱਕ ਪ੍ਰਾਈਵੇਟ ਸਕੂਲ ਸੀਗਾ ਵੀ ਜਿਹਦੀ ਫੀਸ ਤਾਂ ਕਾਫੀ ਘੱਟ ਸੀਗੀ ਪਰ ਚਲੋ ਸਟੱਡੀ ਸਰਕਾਰੀ ਨਾਲੋਂ ਕਾਫੀ ਵਧੀਆ ਸੀਗੀ। ਅਤੇ ਕਹਿੰਦੇ ਉਹਨਾਂ ਨੇ ਮੈਨੂੰ ਉੱਥੇ
ਉੱਥੇ ਪੜ੍ਹਨ ਲਾਤਾ ਵੀ ਮੈਂ ਆਪਣੇ ਆਪ ਹੀ ਉੱਥੇ ਜਾਂਦੀ ਹੁੰਦੀ ਸੀ, ਤੁਰ ਕੇ ਵੀ ਥੋੜ੍ਹੀ ਦੂਰ ਹੀ ਸੀਗਾ ਸਕੂਲ, ਅਤੇ ਉੱਥੇ ਮੈਂ ਕਹਿੰਦੇ ਸਟੱਡੀ ਕੀਤੀ, ਅਤੇ ਫਿਰ ਵੀ ਮੈਂ ਜਦੋਂ ਸਕੂਲੋਂ ਆਇਆ ਕਰਾਂ ਵੀ ਮੈਂ ਉੱਥੇ ਵੀ ਕੰਮ ਤਾਂ ਕਰਵਾਉਂਦੇ ਹੀ ਹੁੰਦੇ ਸੀਗੇ, ਅਤੇ ਮੈਂ ਕੰਮ ਕਰਿਆ ਕਰਾਂ, ਮਾਮਾ ਜੀ ਵਰਗੇ ਤਾਂ ਘਰ ਹੁੰਦੇ ਨਹੀਂ ਸੀਗੇ, ਅਤੇ ਇੱਥੋਂ ਤੱਕ ਵੀ ਉਹਨਾਂ ਨੇ ਮੈਥੋਂ ਗੋਹਾ ਵੀ ਸਟਿਆਇਆ, ਪਸ਼ੂਆਂ ਦਾ ਗੋਹਾ ਸੁੱਟਿਆ ਕਰਾਂ ਕਹਿੰਦੀ ਮੈਂ, ਅਤੇ ਹੋਰ ਜਿਹੜਾ ਕੰਮ ਹੁੰਦਾ ਸੀਗਾ ਥੋੜ੍ਹਾ ਬਹੁਤ ਵੀ ਮੈਂ ਕਰਿਆ ਕਰਾਂ। ਇਸੇ ਤਰ੍ਹਾਂ ਕਹਿੰਦੀ ਹੌਲੀ ਹੌਲੀ ਕਰਕੇ ਵੀ ਮੇਰੀ ਪਲੱਸ ਟੂ ਹੋ ਗਈ ਸੀਗੀ, ਨਾਨੀ ਦੀ ਤਾਂ ਉਹ ਸੁਣਦੇ ਹੀ ਨਹੀਂ ਸੀ ਹੁੰਦੇ ਕੁਛ ਵੀ, ਅਤੇ ਜਦੋਂ ਉਹ ਪਲੱਸ ਵਨ 'ਚ ਸੀ ਲੜਕੀ, ਉਹ ਕਹਿੰਦੀ ਵੀ ਉਦੋਂ ਮੇਰੀ ਨਾਨੀ ਦੀ ਡੈਥ ਹੋ ਗਈ ਸੀਗੀ। ਉਸ ਤੋਂ ਬਾਅਦ ਕਹਿੰਦੀ ਵੀ ਮੈਂ ਮੇਰੇ ਮਾਮਾ ਜੀ ਨੂੰ ਕਿਹਾ ਵੀ ਮੈਂ ਕੋਲਜ ਦੇ ਵਿੱਚ ਪੜ੍ਹਨ ਲੱਗਣਾ ਹਾਂ, ਅਤੇ ਕਹਿੰਦੀ ਉਹ ਕਹਿੰਦੇ ਵੀ ਨਹੀਂ ਹੁਣ ਤੂੰ ਪੜ੍ਹ ਕੇ ਕੀ ਕਰਨਾ, ਵੀ ਤੇਰਾ ਵਿਆਹ ਕਰ ਦਿੰਦੇ ਹਾਂ। ਉਦੋਂ ਮੈਂ 18 ਕੁ ਸਾਲ ਦੀ ਸੀ ਹਜੇ, ਅਤੇ ਕਹਿੰਦੇ ਉਹ ਕਹਿੰਦੇ ਵੀ ਚੱਲ ਤੂੰ ਪ੍ਰਾਈਵੇਟ ਪੜ੍ਹ ਲਾ ਵੀ ਐਵੇਂ ਨਾ ਜਾਇਆ ਕਰ, ਅਤੇ ਕਹਿੰਦੇ ਵੀ ਮੈਂ ਪ੍ਰਾਈਵੇਟ ਪੜ੍ਹਨ ਲੱਗ ਗਈ, ਅਤੇ ਨਾਲ ਨਾਲ ਮੈਂ ਸਿਲਾਈ ਸੈਂਟਰ ਸਰਕਾਰੀ ਖੁੱਲ੍ਹਿਆ ਹੋਇਆ ਸੀ ਵੀ ਮੈਂ ਉੱਥੇ ਲੱਗ ਗਈ, 2 ਕੁ ਘੰਟੇ ਜਾਂਦੀ ਹੁੰਦੀ ਸੀ, ਅਤੇ ਨਾਲ ਮੇਰੇ ਇੱਕ ਮਾਮੀ ਵੀ ਲੱਗੇ ਹੋਏ ਸੀਗੇ, ਅਤੇ ਕਹਿੰਦੇ ਵੀ ਸਾਰਾ ਕੰਮ ਜਿਹੜਾ ਹੁੰਦਾ ਸੀ ਘਰ ਦਾ ਵੀ ਉਹ ਤਾਂ ਵਿਹਲੇ ਰਹਿੰਦੇ ਸੀ ਲਗਭਗ, ਅਤੇ ਝਾੜੂ ਪੋਚਾ ਸਵੇਰੇ ਕਰਨਾ ਅਤੇ ਕੱਪੜੇ ਧੋਣੇ ਅਤੇ ਗੋਹਾ ਕੂੜਾ ਕਰਨਾ ਸਾਰਾ ਮੈਂ ਕਰਦੀ ਸੀ, ਵੀ ਉਹ ਸਿਰਫ ਰੋਟੀ ਰੋਟੀ ਬਣਾਉਂਦੇ ਹੁੰਦੇ ਸੀਗੇ, ਅਤੇ ਸਾਰਾ ਦਿਨ ਕੰਮ ਕਾਰ 'ਚ ਲੱਗੇ ਰਹਿਣਾ, ਅਤੇ ਨਾਲ ਨਾਲ ਮੈਂ ਸਿਲਾਈ ਕਰਨਾ, ਫਿਰ ਰਾਤ ਨੂੰ ਮੈਂ ਪੜ੍ਹਨਾ, ਅਤੇ ਕਹਿੰਦੇ ਵੀ ਇਸੇ ਤਰ੍ਹਾਂ ਮੇਰੀ BA ਹੋ ਗਈ। ਜਦੋਂ ਮੇਰੀ BA ਹੋ ਗਈ ਕਹਿੰਦੇ ਉਸ ਤੋਂ ਬਾਅਦ ਮੇਰੇ ਮਾਮਾ ਜੀ ਨੇ ਵੀ ਰਿਸ਼ਤਾ ਦੇਖਿਆ, ਚਲੋ ਮੈਂ ਇਹ ਸੋਚਿਆ ਵੀ ਸ਼ੁਕਰ ਹੈ ਰੱਬਾ ਵੀ ਹੈ ਨਾ ਮੇਰਾ ਵਿਆਹ ਹੋ ਰਿਹਾ, ਵੀ ਹੋ ਸਕਦਾ ਮੈਨੂੰ ਵਧੀਆ ਪਰਿਵਾਰ ਮਿਲ ਜਾਵੇ, ਵੀ ਮੇਰੀ ਜ਼ਿੰਦਗੀ ਆ ਜਿਹੜੀ ਵੀ ਉਹ ਨਰਕ ਦੇ ਵਿੱਚੋਂ ਨਿਕਲ ਕੇ ਵੀ ਚਲੋ ਮੈਨੂੰ ਖੁਸ਼ੀਆਂ ਮਿਲਣੀਆਂ, ਮਤਲਬ ਮੈਂ ਕਾਫੀ ਖੁਸ਼ ਸੀਗੀ, ਅਤੇ ਲੜਕਾ ਵੀ ਮੈਨੂੰ ਇੱਦਾਂ ਲੱਗ ਰਿਹਾ ਸੀ ਵੀ ਠੀਕ ਹੈ ਵੀ ਹੈ ਨਾ, ਅਤੇ ਕਹਿੰਦੇ ਵੀ ਮੈਨੂੰ ਫੋਨ ਵੀ ਕਰਨਾ, ਜਿਹੜੀ ਸੱਸ ਸੀਗੀ ਵੀ ਉਹਨੇ ਵੀ ਫੋਨ ਕਰਨਾ ਗੱਲਬਾਤ ਕਰਨੀ, ਅਤੇ ਪਰ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਉਹ ਨਸ਼ੇ ਕਰਦਾ ਸੀਗਾ, ਅਤੇ ਕਹਿੰਦੇ ਉਦੋਂ ਬਾਅਦ ਸਾਡਾ ਵੀ ਵਿਆਹ ਕਰਤਾ, ਚਲੋ ਵਿਆਹ ਵੀ ਮੇਰੇ ਮਾਮਾ ਜੀ ਵਰਗਿਆਂ ਨੇ ਵੀ ਵਧੀਆ ਕਰਿਆ ਸੀਗਾ, ਇੱਕ ਰੈਸਟੋਰੈਂਟ ਦੇ ਵਿੱਚ, ਪਰ ਬਹੁਤਾ ਖਰਚਾ ਤਾਂ ਨਹੀਂ ਸੀ ਕਰਿਆ, ਵੀ ਜਿਹੜਾ ਪਰਿਵਾਰ ਦੇਖਿਆ ਸੀਗਾ ਉਹ ਠੀਕ ਠਾਕ ਸੀਗਾ, ਵੀ ਉਹਨਾਂ ਦੇ 4 ਕੁ ਕਿੱਲੇ ਜ਼ਮੀਨ ਹੈਗੀ ਸੀਗੀ, ਅਤੇ ਬਾਕੀ ਉਹ ਖੇਤੀ ਹੋਈ ਕਰਦਾ ਸੀ ਮੁੰਡਾ, ਅਤੇ ਘਰ ਹੀ ਹੁੰਦਾ ਸੀ, ਪਲੱਸ ਟੂ ਕਰੀ ਹੋਈ ਸੀ, ਮੱਝਾਂ ਮੁੱਝਾਂ ਕਾਫੀ ਰੱਖੀਆਂ ਹੋਈਆਂ ਸੀਗੀਆਂ, ਅਤੇ ਕਹਿੰਦੇ ਵੀ ਜਦੋਂ ਉੱਥੇ ਮੇਰਾ ਵਿਆਹ ਹੋ ਗਿਆ, ਉਸ ਤੋਂ ਬਾਅਦ ਚਲੋ ਮੇਰਾ ਵਧੀਆ ਕਰਦੇ ਰਹੇ, 2.5-3 ਮਹੀਨਿਆਂ ਬਾਅਦ ਜਦੋਂ ਉਹ ਮੇਰੇ ਸਾਹਮਣੇ ਡਰਿੰਕ ਕਰਨ ਲੱਗ ਗਏ, ਤਾਂ ਮੈਨੂੰ ਇੱਦਾਂ ਲੱਗਿਆ ਕਰੇ ਵੀ ਸ਼ਾਇਦ ਮੈਨੂੰ ਚਲੋ ਵੀ ਥੋੜ੍ਹੀ ਬਹੁਤ ਕਰਦੇ ਹੋਣਗੇ, ਕਹਿੰਦੇ ਵੀ ਹੌਲੀ ਹੌਲੀ ਮੈਨੂੰ ਉਹਨਾਂ ਦੀਆਂ ਜਿਵੇਂ ਕੱਪੜੇ ਧੋਣੇ, ਕਿਤੋਂ ਉਹਨਾਂ ਦੇ ਪੋਕਟ ਦੇ ਵਿੱਚੋਂ ਕੋਈ ਗੋਲੀਆਂ ਵਗੈਰਾ ਮਿਲਣੀਆਂ, ਕਦੇ ਕੁਛ ਹੈ ਨਾ, ਇੱਥੋਂ ਤੱਕ ਕਹਿੰਦੇ ਵੀ ਉਹ ਸਿਗਰਟ ਵਗੈਰਾ ਵੀ ਨਾ ਛੱਡਿਆ ਕਰਨ ਹੌਲੀ ਹੌਲੀ, ਜਦੋਂ 6 ਕੁ ਮਹੀਨੇ ਹੋ ਗਏ ਵਿਆਹ ਨੂੰ, ਅਤੇ ਕਹਿੰਦੀ ਵੀ ਮੈਂ ਪ੍ਰੈਗਨੈਂਟ ਵੀ ਸੀਗੀ, ਤਾਂ ਵੀ ਕਹਿੰਦੀ ਵੀ ਮੇਰੇ ਤੋਂ ਮੇਰੀ ਸੱਸ ਸੀ ਜਿਹੜੀ ਉਹ ਤਾਂ ਚਲੋ ਠੀਕ ਸੀ, ਬਹੁਤਾ ਉਹ ਨਹੀਂ ਸੀ ਕਰਦੇ ਹੈਗੇ ਵੀ, ਨਾ ਉਹ ਆਪਣੇ ਲੜਕੇ ਨੂੰ ਕੁਛ ਕਹਿੰਦੇ ਸੀ ਨਾ ਮੈਨੂੰ ਕੁਛ ਕਹਿੰਦੇ ਸੀਗੇ, ਅਤੇ ਪਰ ਕਹਿੰਦੀ ਮੈਂ ਉਹਨਾਂ ਨੂੰ ਕਹਿਣਾ ਵੀ ਤੁਹਾਨੂੰ ਪਤਾ ਸੀ ਵੀ ਇਹ ਨਸ਼ੇ ਕਰਦਾ, ਵੀ ਤੁਸੀਂ ਮੇਰਾ ਰਿਸ਼ਤਾ ਕਿਉਂ ਲਿਆ ਫਿਰ, ਤਾਂ ਉਹ ਕਹਿੰਦੇ ਵੀ ਸਾਨੂੰ ਤਾਂ ਇਹ ਸੀਗਾ ਵੀ ਮੁੰਡਾ ਸੁਧਰ ਜੂਗਾ, ਪਰ ਉਹ ਤਾਂ ਹੋਰ ਜ਼ਿਆਦਾ ਵਿਗੜ ਗਿਆ ਸੀਗਾ, ਅਤੇ ਕਹਿੰਦੀ ਮੈਂ ਕੁਛ ਕਹਿ ਵੀ ਨਹੀਂ ਸੀ ਸਕਦੀ, ਮੈਂ ਆਪਣੇ ਜੇ ਨਾਨਕੇ ਘਰ ਗੱਲ ਕਰਨੀ ਵੀ ਇੱਦਾਂ ਕਰਕੇ ਤਾਂ ਨਸ਼ੇ ਬੜੇ ਕਰਦਾ, ਤਾਂ ਉਹਨਾਂ ਨੇ ਕਹਿਣਾ ਇੱਕ ਵਾਰੀ ਤੇਰਾ ਵਿਆਹ ਮਸਾਂ ਕੀਤਾ, ਹੁਣ ਤੇਰੀ ਕਿਸਮਤ ਆ ਤੈਨੂੰ ਇੱਥੇ ਕੱਟਣਾ ਪੈਣਾ, ਕਹਿੰਦੀ ਇਸ ਤਰ੍ਹਾਂ ਕਹਿ ਦਿਆ ਕਰਨ। ਅਤੇ ਉਸ ਤੋਂ ਜਦੋਂ 6-7 ਮਹੀਨੇ ਲੰਘ ਗਏ, ਕਹਿੰਦੀ ਵੀ ਮੈਂ ਪ੍ਰੈਗਨੈਂਟ ਹੋਣ ਦੇ ਬਾਵਜੂਦ ਵੀ ਕੰਮ ਦਾ ਸਾਰਾ ਕੰਮ ਵੀ ਕਰਿਆ ਕਰਾਂ, ਅਤੇ ਬਾਕੀ ਕਹਿੰਦੀ ਵੀ ਮੈਨੂੰ ਮਾਰ ਕੁੱਟ ਵੀ ਕਰਿਆ ਕਰੇ, ਕਾਫੀ ਕੁੱਟਿਆ ਮਾਰਿਆ ਕਰੇ, ਕੋਈ ਖਿਆਲ ਹੀ ਨਹੀਂ ਸੀਗਾ ਇਸ ਤਰ੍ਹਾਂ। ਅਤੇ ਕਹਿੰਦੀ ਵੀ ਬੱਚਾ ਹੋ ਗਿਆ, ਚਲੋ ਮੇਰੇ ਕੋਲ ਬੇਟੀ ਹੋ ਗਈ, ਕਹਿੰਦੀ ਮੈਂ ਉਹਨੂੰ ਸੰਭਾਲਣਾ, ਮੇਰੇ ਮਾਮਾ ਜੀ ਵਰਗੇ ਤਾਂ ਮੈਨੂੰ ਲੈ ਕੇ ਨਹੀਂ ਸੀ ਗਏ ਹੈਗੇ, ਵੀ ਇੱਥੇ ਸਹੁਰੇ ਘਰ ਹੀ ਬੱਚਾ ਹੋਇਆ ਸੀਗਾ, ਅਤੇ ਕਹਿੰਦੀ ਵੀ ਮੈਂ ਸਾਰਾ ਕੰਮ ਕਰਨਾ, ਉਸ ਤੋਂ 1 ਮਹੀਨਾ ਕੀ ਹੋਇਆ ਸੀ ਵੀ ਬੇਟੀ ਹੋਈ ਨੂੰ ਉਹਨੂੰ ਵੀ ਸੰਭਾਲਣਾ, ਕੰਮ ਵੀ ਕਰਨਾ,
ਅਤੇ ਵੀ ਮੇਰਾ ਖਿਆਲ ਕਿਸੇ ਨੂੰ ਵੀ ਨਹੀਂ ਸੀਗਾ ਉੱਥੇ। ਕਹਿੰਦੀ ਬਹੁਤ ਮੈਂ ਦੁਖੀ ਸੀਗੀ, ਅਤੇ ਉਸ ਤੋਂ ਬਾਅਦ ਬੱਚੀ ਵੀ ਹੋ ਗਈ ਸੀ, ਮੈਨੂੰ ਐਂ ਸੀ ਵੀ ਚਲੋ ਹੁਣ ਇਹ ਬੱਚੀ ਹੋ ਗਈ ਹੈ ਵੀ ਸ਼ਾਇਦ ਇਹ ਸੁਧਰ ਜੂਗਾ, ਵੀ ਇਹਨੂੰ ਰਿਸਪੋਂਸੀਬਿਲਿਟੀਜ਼ ਦਾ ਖਿਆਲ ਹੋਊਗਾ ਵੀ ਹੈ ਨਾ ਬੱਚਾ ਹੋ ਗਿਆ ਵੀ ਹੁਣ ਮੈਨੂੰ ਸੁਧਰਨਾ ਚਾਹੀਦਾ। ਪਰ ਨਹੀਂ, ਕਹਿੰਦੀ ਉਹਦੇ ਹਾਲਾਤ ਹੋਰ ਵੀ ਜ਼ਿਆਦਾ ਵਿਗੜ ਗਏ ਸੀਗੇ। ਸਹੁਰਾ ਸਾਹਿਬ ਕਹਿੰਦੀ ਵੀ ਮੇਰੇ ਉਹਨਾਂ ਦੀ ਡੈਥ ਹੋ ਗਈ ਸੀਗੀ ਮੇਰੇ ਵਿਆਹ ਤੋਂ ਪਹਿਲਾਂ ਹੀ, ਅਤੇ ਇਹ ਦੋਨੋਂ ਮਾਂ ਅਤੇ ਪੁੱਤ ਦੋਨੋਂ ਸੀ, ਇਹਨਾਂ ਦੇ ਸਿਸਟਰ ਸੀਗੇ, ਇੱਕ ਸਿਸਟਰ ਵੀ ਵਧੀਆ ਸੀ ਚਲੋ। ਅਤੇ ਕਹਿੰਦੇ ਵੀ ਉਹ ਆਪ ਬਹੁਤ ਨਸ਼ੇ ਕਰਦਾ ਸੀ, ਹੌਲੀ ਹੌਲੀ ਕਹਿੰਦੇ ਉਹਨੇ ਜਿਹੜੇ ਵੀ ਮੁੰਡੇ ਉਹਦੇ ਨਾਲ ਨਸ਼ੇ ਕਰਦੇ ਹੁੰਦੇ ਸੀਗੇ ਉਹ ਘਰ ਆਉਣ ਲੱਗ ਗਏ, ਅਤੇ ਉਹਨਾਂ ਨੂੰ ਵੀ ਰੋਟੀ ਵਗੈਰਾ ਫੜਾਉਣੀ, ਹੋਰ ਕੰਮ ਕਾਰ ਸਾਰਾ ਕੁਛ ਕਰਨਾ। ਕਹਿੰਦੀ ਵੀ ਮੈਨੂੰ ਕਰਨਾ ਪੈਂਦਾ ਸੀ, ਮੈਨੂੰ ਬਹੁਤ ਅਜੀਬ ਲੱਗਦਾ ਸੀ ਵੀ ਮੈਂ ਉਹਨਾਂ ਨੂੰ ਸਾਰਾ ਕੁਛ ਫੜਾਉਣਾ ਅਤੇ ਉਹਨਾਂ ਨੇ ਹੋਰ ਨਜ਼ਰਾਂ ਦੇ ਨਾਲ ਮੈਨੂੰ ਦੇਖਣਾ। ਅਤੇ ਕਹਿੰਦੀ ਮੈਂ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਫੀਲ ਕਰਦੀ ਸੀ ਵੀ ਕੀ ਹੋ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਬੜਾ। ਕਹਿੰਦੀ ਇਕੱਲੀ ਨੇ ਰੋਣਾ ਅਤੇ ਇਹ ਵੀ ਸੋਚਣਾ ਵੀ ਮੈਂ ਵੀ ਨਾਲ ਹੀ ਮਰ ਜਾਂਦੀ, ਵੀ ਮੇਰੀ ਮਾਂ ਦੇ ਜਦੋਂ ਮੇਰੀ ਮੰਮੀ ਮਰੇ ਸੀ ਵੀ ਮੈਂ ਵੀ ਉਦੋਂ ਹੀ ਮਰ ਜਾਂਦੀ, ਵੀ ਸ਼ਾਇਦ ਆ ਨਰਕ ਭਰੀ ਜ਼ਿੰਦਗੀ ਤੋਂ ਮੈਂ ਠੀਕ ਹੁੰਦੀ, ਵੀ ਇਹੋ ਜਿਹੀ ਜ਼ਿੰਦਗੀ ਦਾ ਕੀ ਫਾਇਦਾ। ਕਹਿੰਦੀ ਕਈ ਵਾਰ ਦਿਲ ਕਰਿਆ ਕਰੇ ਵੀ ਮਰ ਜਾਂ, ਪਰ ਕਹਿੰਦੀ ਬੱਚੀ ਦਾ ਖਿਆਲ ਕਰਕੇ ਫਿਰ ਮਨ ਇੱਦਾਂ ਹੋ ਜਾਇਆ ਕਰੇ ਵੀ ਇਹਨੇ ਤਾਂ ਹੋਰ ਵਿਆਹ ਕਰਵਾ ਲੈਣਾ, ਮੇਰੀ ਬੱਚੀ ਮੇਰੇ ਵਾਂਗੂ ਰੁੱਲ ਜਾਣੀ ਹੈ ਵੀ ਜਿਵੇਂ ਮੈਂ ਰੁੱਲ ਗਈ। ਅਤੇ ਕਹਿੰਦੀ ਵੀ ਚਲੋ ਮੇਰੀ ਸੱਸ ਵੀ ਮੈਨੂੰ ਕਿਹਾ ਕਰੇ ਵੀ ਕੋਈ ਨਾ ਬੇਟੇ ਵੀ ਠੀਕ ਹੋ ਜਾਣਾ ਸਾਰਾ ਕੁਛ, ਵਾਹਿਗੁਰੂ 'ਤੇ ਭਰੋਸਾ ਰੱਖ। ਉਹਨਾਂ ਨੇ ਕਹਿੰਦੀ ਅੰਮ੍ਰਿਤ ਛਕਿਆ ਹੋਇਆ ਸੀ, ਉਹ ਜ਼ਿਆਦਾਤਰ ਤੀਰਥ ਸਥਾਨਾਂ 'ਤੇ ਜਾਂਦੇ ਰਹਿੰਦੇ ਸੀ ਵੀ ਜਿਵੇਂ ਕਹਿ ਲਓ ਕਦੇ ਅੰਮ੍ਰਿਤਸਰ ਚਲੇ ਗਏ, ਅਨੰਦਪੁਰ ਸਾਹਿਬ ਚਲੇ ਗਏ, ਜਾਂ ਹਰ ਵਾਰ ਉਹਨਾਂ ਨੇ ਆਪਣਾ ਸਾਰੇ ਕਿਤੇ ਜਾਣਾ ਹੁੰਦਾ ਸੀਗਾ, ਕਈ ਦਿਨ 12 ਦਿਨ ਹਜ਼ੂਰ ਸਾਹਿਬ ਲਾਇਆ ਨੇ, ਇਸ ਤਰ੍ਹਾਂ ਵੀ ਉਹ ਜਾਂਦੇ ਰਹਿੰਦੇ ਸੀਗੇ। ਅਤੇ ਉਹਨਾਂ ਨੇ ਬਸ ਇਹੀ ਗੱਲ ਕਹਿਣੀ ਵੀ ਕੋਈ ਨਾ ਵਾਹਿਗੁਰੂ ਠੀਕ ਕਰੂਗਾ ਸਭ ਕੁਛ, ਇੱਕੋ ਹੀ ਗੱਲ ਕਹਿੰਦੇ ਰਹਿੰਦੇ ਉਹ, ਅਤੇ ਹੋਰ ਕੁਛ ਨਹੀਂ ਸੀ ਕਹਿੰਦੇ, ਉਹਨੂੰ ਵੀ ਕੁਛ ਨਹੀਂ ਸੀ ਕਹਿੰਦੇ, ਬਸ ਦੇਖਦੇ ਰਹਿੰਦੇ ਵੀ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਘਰੇ। ਅਤੇ ਕਹਿੰਦੇ ਵੀ ਮੈਂ ਹੌਲੀ ਹੌਲੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਵੀ ਜਦੋਂ ਹੁਣ ਇਨਕਮ ਤਾਂ ਕੋਈ ਹੈ ਨਹੀਂ ਸੀਗੀ, ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਕੁਛ ਕੰਮ ਚੱਲ ਰਿਹਾ ਸੀਗਾ, ਅਤੇ ਕਹਿੰਦੇ ਵੀ ਮੈਂ ਉੱਥੇ ਜਾਣ ਲੱਗ ਗਈ ਸੀਗੀ, ਅਤੇ ਜਿਹੜੀ 4-5 ਕਿੱਲਿਆਂ ਦਾ ਟੇਕਾ ਆਉਂਦਾ ਸੀ ਵੀ ਉਹ ਤਾਂ ਸਾਰਾ ਮੇਰੇ ਹਸਬੈਂਡ ਉਡਾ ਦਿੰਦੇ ਹੁੰਦੇ ਸੀ ਨਸ਼ੇ ਦੇ ਵਿੱਚ, ਲੋਕਾਂ ਤੋਂ ਵੀ ਪੈਸੇ ਕਾਫੀ ਫੜ ਰੱਖੇ ਸੀਗੇ। ਅਤੇ ਕਹਿੰਦੀ ਵੀ ਮੈਂ ਉੱਥੇ ਜਾਣ ਲੱਗ ਗਈ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਿਹਾੜੀ ਦਿੰਦੇ ਹੁੰਦੇ ਸੀਗੇ, ਅਤੇ ਕਹਿੰਦੀ ਮੈਂ ਮੇਰੀ ਬੱਚੀ ਨੂੰ ਵੀ ਲੈ ਜਾਣਾ ਉੱਥੇ ਪਾ ਦੇਣਾ ਵੀ ਮੈਂ ਉੱਥੇ ਕੰਮ ਕਰਵਾਉਣਾ। ਅਤੇ ਬਾਬਾ ਜੀ ਨੇ ਵੀ ਚਲੋ ਇੱਦਾਂ ਸੀ, ਉਹਨਾਂ ਨੂੰ ਵੀ ਇਹ ਠੀਕ ਹੈ, ਗਰੀਬ ਹੈ ਜਾਂ ਕੁਛ ਹੈ, ਤਰਸ ਕਰਦੇ ਸੀਗੇ ਮੇਰੇ 'ਤੇ। ਕਹਿੰਦੀ ਵੀ ਹੌਲੀ ਹੌਲੀ ਮੇਰੀ ਬੱਚੀ ਵੱਡੀ ਹੋਣ ਲੱਗ ਗਈ, ਅਤੇ ਮੈਂ ਗੁਰਦੁਆਰਾ ਸਾਹਿਬ ਜਾਂਦੀ ਅਤੇ ਉੱਥੇ ਪ੍ਰਸ਼ਾਦੇ ਬਣਾਉਣ 'ਤੇ ਮੇਰੀ ਡਿਊਟੀ ਹੁੰਦੀ ਸੀਗੀ ਸੁਬਹਾ ਸ਼ਾਮ ਵੀ, ਅਤੇ ਬਾਕੀ ਉੱਥੇ ਕੰਮ ਚੱਲਦਾ ਸੀਗਾ ਕੁਛ ਬਿਲਡਿੰਗ ਦਾ, ਅਤੇ ਉੱਥੇ ਕਾਫੀ ਪ੍ਰਸ਼ਾਦੇ ਬਣਦੇ, ਅਤੇ ਉਹਨਾਂ ਨੇ ਮਤਲਬ ਲੇਡੀਜ਼ ਰੱਖੀਆਂ ਹੋਈਆਂ ਸੀ ਕਾਫੀ, ਅਤੇ ਉਸ ਤਰ੍ਹਾਂ ਮੈਂ ਉੱਥੇ ਪ੍ਰਸ਼ਾਦੇ ਬਣਾਉਣੇ, ਅਤੇ ਸਾਰਾ ਦਿਨ ਵੀ ਮੈਨੂੰ ਉਹਨਾਂ ਨੇ ਦਿਹਾੜੀ ਦੇ ਦੇਣੀ, ਹਫ਼ਤੇ ਬਾਅਦ ਉਹ ਇਕੱਠੀ ਦਿਹਾੜੀ ਦਿੰਦੇ ਹੁੰਦੇ ਸੀਗੇ। ਅਤੇ ਕਹਿੰਦੀ ਚਲੋ ਮੈਂ ਥੋੜ੍ਹੇ ਥੋੜ੍ਹੇ ਕਰਕੇ ਬੱਚੀ ਦੇ ਲਈ ਪੈਸੇ ਜੋੜਨ ਲੱਗ ਗਈ ਵੀ ਇਹਦੀ ਪੜ੍ਹਾਈ ਚੱਲੂਗੀ, ਚਲੋ ਵਧੀਆ ਸਕੂਲ 'ਚ ਪੜ੍ਹਾ ਲਊਂਗੀ ਇਹਨੂੰ, ਵੀ ਹੋਰ ਤਾਂ ਕੋਈ ਆਸ ਉਮੀਦ ਹੈ ਵੀ ਨਹੀਂ ਸੀਗੀ। ਅਤੇ ਕਹਿੰਦੀ ਵੀ ਮੈਂ ਜਦੋਂ 5-6 ਮਹੀਨੇ ਹੋ ਗਏ ਮੈਨੂੰ ਉੱਥੇ ਜਾਂਦੀ ਨੂੰ, ਵੀ ਬੱਚੀ ਵੀ ਕਾਫੀ ਹੋ ਰਹੀ ਸੀਗੀ, ਵੱਡੀ ਹੋ ਰਹੀ ਸੀਗੀ। ਅਤੇ ਕਹਿੰਦੀ ਵੀ ਉਸ ਤੋਂ ਬਾਅਦ ਮੈਂ ਰੋਜ਼ਾਨਾ ਹੀ ਵੀ ਸੋਚਿਆ ਵੀ ਹੁਣ ਮੈਂ 5 ਵਜੇ ਵੀ ਉੱਠਦੀ ਹੋਈ ਹਾਂ, ਕੰਮ ਕਾਰ ਕਰਦੀ ਹਾਂ, ਵੀ ਮੈਂ ਕਿਉਂ ਨਾ ਉਸ ਤੋਂ ਪਹਿਲਾਂ ਉੱਠ ਜਾਇਆ ਕਰਾਂ, ਵੀ 5 ਵਜੇ ਤਾਂ 5:30 ਮੇਰੀ ਬੱਚੀ ਵੀ ਉੱਠ ਜਾਂਦੀ ਸੀ, ਵੀ ਫਿਰ ਕੁਛ ਵੀ ਨਹੀਂ ਸੀ ਕਰਨ ਦਿੰਦੀ। ਅਤੇ ਕਹਿੰਦੀ ਮੈਂ ਸਵੇਰੇ ਜਲਦੀ ਉੱਠਣਾ ਸ਼ੁਰੂ ਕੀਤਾ ਅਤੇ ਮੈਂ ਪਾਠ ਕਰਨਾ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਮੈਂ ਇਕੱਲਾ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ। ਅਤੇ ਕਹਿੰਦੀ ਹੌਲੀ ਹੌਲੀ ਮੇਰਾ ਮਨ ਇੱਦਾਂ ਹੋ ਗਿਆ, ਗੁਟਕਾ ਸਾਹਿਬ ਮੈਂ ਗੁਰਦੁਆਰਾ ਸਾਹਿਬ ਤੋਂ ਹੀ ਲੈ ਕੇ ਆਈ ਸੀ, ਅਤੇ ਕਹਿੰਦੀ ਵੀ ਮੇਰਾ ਮਨ ਇੱਦਾਂ ਹੋ ਗਿਆ ਵੀ ਮੈਂ ਹੋਰ ਪਾਠ ਕਰਿਆ ਕਰਾਂ। ਹੌਲੀ ਹੌਲੀ ਕਹਿੰਦੀ ਮੈਂ ਨੇਮ ਵਧਾ ਦਿੱਤਾ ਅਤੇ ਮੈਂ 5 ਬਾਣੀਆਂ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।
ਅਤੇ ਇਸੇ ਤਰ੍ਹਾਂ ਕਹਿੰਦੇ ਵੀ ਜਦੋਂ ਮੈਂ ਫਿਰ ਵੀ ਗੁਰਦੁਆਰਾ ਸਾਹਿਬ ਜਾਇਆ ਕਰਾਂ ਤਾਂ ਉੱਥੇ ਲੰਗਰ ਦੇ ਵਿੱਚ ਜਿਹੜੇ ਬਾਬਾ ਜੀ ਹੁੰਦੇ ਸੀਗੇ ਕਾਫੀ ਬਜ਼ੁਰਗ ਸੀਗੇ ਪਰ ਬੜੇ ਵਧੀਆ ਉਹਨਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਤਾਂ ਕਹਿੰਦੇ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੇ ਵੀ ਇਸ ਤਰ੍ਹਾਂ ਕਿਵੇਂ ਹੈ ਸਾਰਾ ਕੁਛ ਪੁੱਛਦੇ ਹੋ ਮੈਨੂੰ ਅਤੇ ਕਹਿੰਦੀ ਮੈਂ ਉਹਨਾਂ ਨੂੰ ਬੜਾ ਮਤਲਬ ਮੈਂ ਰੋਣਾ ਉਹਨਾਂ ਕੋਲ ਵੀ ਮੇਰੀ ਜ਼ਿੰਦਗੀ ਇੱਦਾਂ ਸੀ ਵੀ ਇੱਦਾਂ ਇੱਦਾਂ ਕੁਛ ਹੋਇਆ ਮੇਰੇ ਨਾਲ ਤਾਂ ਕਹਿੰਦੇ ਉਹ ਕਹਿੰਦੇ ਵੀ ਬੇਟੇ ਤੂੰ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰ ਤਾਂ ਕਹਿੰਦੀ ਮੈਂ ਉਹਨਾਂ ਦੀ ਗੱਲ ਮੰਨ ਕੇ ਅਗਲੇ ਦਿਨ ਤੋਂ ਸੁਖਮਨੀ ਸਾਹਿਬ ਦਾ ਪਾਠ ਜਦੋਂ ਵੀ ਮੈਨੂੰ ਸਵੇਰੇ ਜਾਂ ਤਾਂ ਸ਼ਾਮ ਨੂੰ ਵੀ ਜਦੋਂ ਟਾਈਮ ਲੱਗਣਾ ਅਤੇ ਕਹਿੰਦੀ ਮੈਂ ਸੁਖਮਨੀ ਸਾਹਿਬ ਦਾ ਇੱਕ ਪਾਠ ਰੋਜ਼ਾਨਾ ਕਰਨਾ ਚਾਹੇ ਵੀ ਜਦੋਂ ਵੀ ਮੈਨੂੰ ਦਿਨ ਦੇ ਵਿੱਚ ਟਾਈਮ ਲੱਗਣਾ ਅਤੇ ਦਿਨ ਦੇ ਵਿੱਚ ਜੇ ਟਾਈਮ ਨਾ ਵੀ ਲੱਗਣਾ ਕਹਿੰਦੀ ਮੈਂ ਸ਼ਾਮ ਨੂੰ ਜ਼ਰੂਰ ਪਾਠ ਕਰਨਾ ਰੋਜ਼ਾਨਾ ਪਾਠ ਕਰਦੀ ਰਹੀ ਕਹਿੰਦੀ ਉਸ ਤੋਂ ਬਾਅਦ ਕਾਫੀ ਟਾਈਮ ਲੰਘ ਗਿਆ ਕਹਿੰਦੀ ਇਸੇ ਤਰ੍ਹਾਂ ਵੀ ਮੈਂ ਇਹ ਨਹੀਂ ਸੋਚਿਆ ਸੀ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਸੀਗਾ ਵੀ ਮੈਨੂੰ ਇੰਨਾ ਟਾਈਮ ਹੋ ਗਿਆ ਪਾਠ ਕਰਦੇ ਨੂੰ ਬਸ ਮੈਨੂੰ ਇੱਕ ਸਬਰ ਸੀਗਾ ਸਕੂਨ ਜਿਹਾ ਮਿਲਦਾ ਸੀ ਪਾਠ ਕਰਕੇ ਅਤੇ ਆਪਣੇ ਆਪ ਨੂੰ ਐਵੇਂ ਹੁੰਦਾ ਸੀ ਵੀ ਜੇ ਕੋਈ ਵੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਨਹੀਂ ਹੈਗਾ ਵੀ ਇੱਕ ਅਰਦਾਸ ਵੀ ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਸੀ ਵੀ ਵਾਹਿਗੁਰੂ ਮੇਰੇ ਨਾਲ ਹੈ ਅਤੇ ਮੈਂ ਬੜੀਆਂ ਬਾਬਾ ਦੀਪ ਸਿੰਘ ਜੀ ਬਾਰੇ ਮਹਿਮਾ ਸੁਣੀ ਸੀ ਉਹਨਾਂ ਦੀ ਉੱਥੇ ਮਤਲਬ ਅਰਦਾਸ ਕਰਵਾਉਂਦੇ ਆ ਲੋਕ ਜਾਂ ਨਾ ਚੁਪਹਿਰਾ ਸਾਹਿਬ ਕੱਟਦੇ ਆ ਹੁਣ ਤਾਂ ਬੜੀ ਉੱਥੇ ਸੰਗਤ ਹੁੰਦੀ ਹੈ ਅਤੇ ਉਸ ਟਾਈਮ ਤਾਂ ਇੰਨੀ ਸੰਗਤ ਨਹੀਂ ਸੀ ਹੁੰਦੀ ਪਰ ਉਹਨਾਂ ਦੀ ਬੜੀ ਮਹਿਮਾ ਸੁਣੀ ਸੀ ਵੀ ਇਸ ਤਰ੍ਹਾਂ ਚਮਤਕਾਰ ਹੁੰਦੇ ਨੇ ਵੀ ਵਾਹਿਗੁਰੂ ਜ਼ਰੂਰ ਸੁਣਦੇ ਨੇ ਅਤੇ ਕਹਿੰਦੀ ਵੀ ਸਾਡੇ ਇੱਥੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੱਸ ਜਾਣੀ ਸੀ ਅੰਮ੍ਰਿਤਸਰ ਸਾਹਿਬ ਅਤੇ ਕਹਿੰਦੀ ਮੈਂ ਅਤੇ ਮੇਰੀ ਬੱਚੀ ਉਹ ਬੱਸ ਦੇ ਵਿੱਚ ਅਸੀਂ ਚਲੇ ਗਏ ਅਤੇ ਉਹਨਾਂ ਨੇ ਅਗਲੇ ਦਿਨ ਵਾਪਸ ਆਉਣਾ ਸੀਗਾ ਅਤੇ ਕਹਿੰਦੀ ਵੀ ਅਸੀਂ ਗਏ ਉੱਥੇ ਅਤੇ ਮੈਂ ਉੱਥੇ ਅਰਦਾਸ ਕਰਵਾਈ ਕਿ ਵਾਹਿਗੁਰੂ ਵੀ ਮੇਰੀ ਜ਼ਿੰਦਗੀ ਬੜੀ ਨਰਕ ਹੈ ਜਨਮ ਤੋਂ ਹੀ ਵੀ ਮੈਂ ਤਾਂ ਕੁਛ ਪਾਪ ਵੀ ਨਹੀਂ ਕਰਿਆ ਵੀ ਮੇਰੇ ਪਿਛਲੇ ਕਰਮਾਂ ਦਾ ਕੋਈ ਲੇਖਾ ਜੋਖਾ ਹੈਗਾ ਤਾਂ ਮੈਨੂੰ ਨਹੀਂ ਪਤਾ ਵੀ ਮੈਂ ਬੜੀ ਦੁਖੀ ਹਾਂ ਵੀ ਅੱਗੇ ਮੇਰੀ ਬੱਚੀ ਦਾ ਫਿਊਚਰ ਹੈ ਵੀ ਕੀ ਕਰਾਂ ਵੀ ਪਹਿਲਾਂ ਵੀ ਮੈਨੂੰ ਬੜਾ ਦੁਖੀ ਕਰਿਆ ਮੇਰੇ ਪੇਰੈਂਟਸ ਵੀ ਇਹੋ ਜਿਹੇ ਸੀਗੇ ਵੀ ਮੇਰੇ ਫਾਦਰ ਸਾਹਿਬ ਨੇ ਹੋਰ ਵਿਆਹ ਕਰਵਾ ਲਿਆ ਮੇਰੇ ਮਦਰ ਨੇ ਤੰਗ ਕਰਿਆ ਉਸ ਤੋਂ ਬਾਅਦ ਮਾਮਿਆਂ ਨੇ ਵੀ ਉਹਨਾਂ ਨੇ ਕਦੇ ਬਾਤ ਨਹੀਂ ਪੁੱਛੀ ਵੀ ਤੂੰ ਕਿੱਦਾਂ ਜਾਂ ਵੀ ਕਿਵੇਂ ਆ ਹੈ ਨਾ ਅਤੇ ਕਹਿੰਦੀ ਵੀ ਮੈਂ ਹੁਣ ਮੇਰੇ ਪਤੀ ਵੱਲੋਂ ਬੜੀ ਦੁਖੀ ਹਾਂ ਵੀ ਮੈਂ ਕੀ ਕਰਾਂ ਅਤੇ ਬਸ ਇਹੀ ਅਰਦਾਸ ਕੀਤੀ ਵੀ ਜਿਵੇਂ ਮਰਜ਼ੀ ਕਰੋ ਵੀ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਖੁਸ਼ੀਆਂ ਦੇ ਦਿਓ ਵਾਹਿਗੁਰੂ ਵੀ ਬੜਾ ਚਿਰ ਹੋ ਗਿਆ ਮੈਨੂੰ ਸਟਰਗਲ ਕਰਦੇ ਨੂੰ ਅਤੇ ਕਹਿੰਦੀ ਵੀ ਮੈਂ ਅਰਦਾਸ ਕਰੀ ਉੱਥੇ ਮੈਨੂੰ ਰੋਣ ਆਇਆ ਮੈਂ ਆਉਂਦੀ ਹੋਈ ਵੀ ਕਹਿੰਦੀ ਬੱਸ ਦੇ ਵਿੱਚ ਮੇਰੀਆਂ ਅੱਖਾਂ ਦੇ ਵਿੱਚੋਂ ਮਤਲਬ ਹੰਝੂ ਆਈ ਗਏ ਅਤੇ ਮੈਂ ਘਰ ਆ ਗਈ ਕਹਿੰਦੀ ਮੈਂ ਸੁਖਮਨੀ ਸਾਹਿਬ ਦਾ ਪਾਠ ਉਸੇ ਤਰ੍ਹਾਂ ਕਰਨਾ ਅਤੇ ਸਵੇਰੇ ਜਿਹੜਾ ਨਿਤਨੇਮ ਸੀਗਾ ਅਤੇ ਨਿਤਨੇਮ ਸਾਹਿਬ ਕਹਿੰਦੀ ਮੈਂ ਰੋਜ਼ਾਨਾ ਕਰਨਾ ਵੀ ਮੈਂ ਛੱਡਿਆ ਨਹੀਂ ਹੈਗਾ ਅਤੇ ਉਸ ਤੋਂ ਬਾਅਦ ਮੈਂ ਮੇਰੇ ਹਸਬੈਂਡ ਨੂੰ ਤਾਂ ਕਹਿੰਦੀ ਬੁਲਾਉਣਾ ਹੀ ਛੱਡਤਾ ਸੀ ਵੀ ਉਹ ਵੀ ਨਹੀਂ ਸੀ ਮੈਨੂੰ ਬਹੁਤਾ ਬੁਲਾਉਂਦਾ ਅਤੇ ਉਹ ਆਵੇ ਮੈਂ ਰੋਟੀ ਪਾ ਕੇ ਦੇ ਦੇਣੀ ਬਸ ਖਾ ਲੈਣੀ ਕੋਈ ਗੱਲਬਾਤ ਨਾ ਸਾਂਝੀ ਕਰਨੀ ਅਤੇ ਕਹਿੰਦੀ ਜਦੋਂ ਅਸੀਂ ਉੱਥੋਂ ਵਾਪਸ ਆਏ ਤਾਂ ਉਦੋਂ ਬਾਅਦ 15 ਕੁ ਦਿਨ ਲੰਘੇ ਤਾਂ ਕਹਿੰਦੀ ਮੇਰੇ ਹਸਬੈਂਡ ਮੈਂ ਗੁਰਦੁਆਰਾ ਸਾਹਿਬ ਸੀਗੀ ਅਤੇ ਕਹਿੰਦੀ ਮੇਰੇ ਹਸਬੈਂਡ ਉੱਥੇ ਗਏ ਤਾਂ ਉੱਥੇ ਜਾ ਕੇ ਕਹਿੰਦੀ ਮੇਰੀ ਬੱਚੀ ਮੇਰੇ ਨਾਲ ਹੀ ਸੀਗੀ ਤਾਂ ਉਹਨੂੰ ਚੱਕ ਕੇ ਲੈ ਆਈ ਕਹਿੰਦੀ ਮੈਂ ਸੋਚਿਆ ਬੜਾ ਮੈਨੂੰ ਟੈਨਸ਼ਨ ਹੋ ਗਈ ਵੀ ਪਤਾ ਨਹੀਂ ਬੱਚੇ ਨੂੰ ਕੁਛ ਕਰ ਹੀ ਨਾ ਦੇਵੇ ਅਤੇ ਕਹਿੰਦੀ ਮੈਂ ਬਾਬਾ ਜੀ ਨਾਲ ਗੱਲ ਕਰੀ ਅਤੇ ਮੈਂ ਘਰ ਆ ਗਈ ਅਤੇ ਕਹਿੰਦੀ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਇਹਨੂੰ ਖੜਿਆ ਰਹੀ ਹਾਂ ਵੀ ਤੂੰ ਇੱਦਾਂ ਕਰ ਮੇਰੇ ਲਈ ਚਾਹ ਬਣਾ ਦੇ ਅਤੇ ਕਹਿੰਦੀ ਉਸ ਦਿਨ ਮੈਨੂੰ ਉਹਨੇ ਬੁਲਾਇਆ ਸੀਗਾ ਢੰਗ ਦੇ ਨਾਲ ਕਹਿੰਦੀ ਮੈਂ ਚਲੋ ਬੋਲੀ ਅਤੇ ਵੀ ਮੈਂ ਚਾਹ ਬਣਾ ਕੇ ਦੇ ਦਿੱਤੀ ਅਤੇ ਕਹਿੰਦੀ ਮੈਨੂੰ ਉਸ ਤੋਂ ਬਾਅਦ ਕਹਿੰਦਾ ਵੀ ਤੂੰ ਬਹਿ ਜਾ ਅਤੇ ਮੈਂ ਬਹਿ ਗਈ ਕਹਿੰਦੀ ਮੈਨੂੰ ਕਹਿੰਦਾ ਵੀ ਆਪਾਂ ਇੱਦਾਂ ਕਰਦੇ ਹਾਂ ਵੀ ਘਰ ਦੇ ਵਿੱਚ ਆਪਾਂ ਪਰਚੂਨ ਦੀ ਦੁਕਾਨ ਖੋਲ੍ਹ ਲੈਂਦੇ ਹਾਂ ਵੀ ਆਪਣੇ ਨੀਅਰ ਕੋਈ ਪਰਚੂਨ ਦੀ ਦੁਕਾਨ ਨਹੀਂ ਹੈਗੀ ਵੀ ਮੈਂ ਇਹ ਸੋਚਦਾ ਵੀ ਮੈਂ ਦੁਕਾਨ 'ਤੇ ਬਹਿ ਜਿਆ ਕਰੂੰਗਾ ਵੀ ਚਲੋ ਖੇਤੀ ਤਾਂ ਨਾਲ ਨਾਲ ਹੋਈ ਜਾਊਗੀ ਵੀ ਆਪਣੇ ਹਾਲਾਤ ਬਹੁਤ ਖਰਾਬ ਹੋ ਗਏ ਆ ਵੀ ਕਰਜ਼ਾ ਵੀ ਕਾਫੀ ਸੇਰਾ ਅਤੇ ਕਹਿੰਦੀ ਮੈਂ ਹੈਰਾਨ ਸੀਗੀ ਵੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਕਹਿੰਦੀ ਮੈਨੂੰ ਲੱਗਿਆ ਵੀ ਸ਼ਾਇਦ ਇਹਦਾ ਕੋਈ ਮਤਲਬ ਹੋਣਾ
ਕਹਿੰਦੀ ਮੈਂ ਉਹਨੂੰ ਕਿਹਾ ਵੀ ਜਿਵੇਂ ਤੁਹਾਡਾ ਦਿਲ ਕਰਦਾ ਕਰ ਲਓ, ਵੀ ਮੈਂ ਤਾਂ ਕੀ ਕਹਿ ਸਕਦੀ ਹਾਂ। ਅਤੇ ਕਹਿੰਦੀ ਵੀ ਮੈਨੂੰ ਵੈਸੇ ਮੇਰੀ ਉਹਨੇ ਕਦੇ ਕੋਈ ਚੀਜ਼ ਨਹੀਂ ਸੀ ਵੇਚੀ, ਜਿੱਥੋਂ ਮਰਜ਼ੀ ਪੈਸੇ ਪੂਸੇ ਲੈ ਕੇ ਨਸ਼ੇ ਕਰਦਾ ਸੀਗਾ। ਅਤੇ ਕਹਿੰਦੀ ਉਸ ਤੋਂ ਬਾਅਦ ਉਹਨੇ ਚਲੋ ਗੱਲਬਾਤ ਕਰਕੇ ਕਿਸੇ ਨਾਲ ਪਰਚੂਨ ਦੀ ਦੁਕਾਨ ਸਾਂਝੀ ਕਰ ਲਈ ਹੋਰ ਮੁੰਡੇ ਦੇ ਨਾਲ। ਉਹ ਮੁੰਡਾ ਕਾਫੀ ਵਧੀਆ ਸੀ, ਪੜ੍ਹਿਆ ਲਿਖਿਆ ਵੀ ਸੀਗਾ, ਅਤੇ ਜੋਬ ਨਾ ਮਿਲਣ ਕਰਕੇ ਉਹ ਟਿਊਸ਼ਨਸ ਵਗੈਰਾ ਕਰਦਾ ਸੀਗਾ, ਟਿਊਸ਼ਨਾਂ ਲਾਉਂਦਾ ਸੀ, ਅਤੇ ਨਾਲ ਨਾਲ ਉਹਨੇ ਦੁਕਾਨ ਦਾ ਕੰਮ ਸ਼ੁਰੂ ਕਰਨਾ ਸੀਗਾ। ਅਤੇ ਉਹਦੇ ਨਾਲ ਰਲ ਕੇ ਉਹਨੇ ਦੁਕਾਨ ਦਾ ਕੰਮ ਸ਼ੁਰੂ ਕਰ ਲਿਆ। ਅਤੇ ਉਹ ਦੁਕਾਨ ਦੇ ਵਿੱਚ ਇੰਨਾ ਬਿਜ਼ੀ ਹੋ ਗਿਆ, ਪਰਚੂਨ ਦੀ ਦੁਕਾਨ ਇੰਨੀ ਵਧੀਆ ਚੱਲ ਰਹੀ ਸੀਗੀ, ਅਤੇ ਮਤਲਬ ਉਹ ਕੰਪਨੀ ਛੱਡਤੀ ਉਹਨੇ ਵੀ ਜਿੱਥੇ ਉਹ ਮੁੰਡੇ ਨਾਲ ਨਸ਼ੇ ਕਰਨ ਜਾਂਦਾ ਸੀ, ਅਤੇ ਨਵਾਂ ਜਿਹੜਾ ਦੋਸਤ ਮਿਲਿਆ ਸੀ ਉਹਦੇ ਨਾਲ ਬੈਠਣਾ ਉੱਠਣਾ ਸ਼ੁਰੂ ਕਰ ਲਿਆ, ਅਤੇ ਉਹ ਮੁੰਡਾ ਬੜਾ ਵਧੀਆ ਸੀ। ਅਤੇ ਕਹਿੰਦੀ ਉਹ ਮੈਨੂੰ ਕਹਿੰਦਾ ਵੀ ਤੂੰ ਸੇਵਾ ਕਰਨ ਜਾਣਾ ਹੁੰਦਾ ਤਾਂ ਗੁਰਦੁਆਰਾ ਸਾਹਿਬ ਚਲੇ ਜਾਇਆ ਕਰ, ਵੀ ਹੁਣ ਤੂੰ ਦਿਹਾੜੀ ਨਾ ਜਾਇਆ ਕਰ, ਵੀ ਆਪਾਂ ਠੀਕ ਹਾਂ, ਵੀ ਤੂੰ ਦੁਕਾਨ 'ਤੇ ਮੇਰੇ ਨਾਲ ਬੈਠਿਆ ਕਰ। ਅਤੇ ਕਹਿੰਦੀ ਮੈਂ ਦੁਕਾਨ 'ਤੇ ਨਾਲ ਬੈਠਣਾ ਸ਼ੁਰੂ ਕਰਤਾ, ਅਤੇ ਰੋਜ਼ਾਨਾ ਪਹਿਲਾਂ ਥੋੜ੍ਹੀ ਬਹੁਤ ਡਰਿੰਕ ਫਿਰ ਵੀ ਕਰ ਲੈਂਦੇ ਸੀ। ਕਹਿੰਦੀ ਡੇਢ ਕੁ ਮਹੀਨੇ ਦੇ ਵਿੱਚ ਉਹਨਾਂ ਨੇ ਬਿਲਕੁਲ ਉਹ ਛੱਡਤਾ ਸਾਰਾ ਕੁਛ, ਅਤੇ ਦੁਕਾਨ 'ਤੇ ਧਿਆਨ ਦਿੱਤਾ, ਅਤੇ ਉਹਨਾਂ ਨੇ ਆਪਣਾ ਖੇਤ ਜਾਣਾ, ਖੇਤੀ ਕਰਨੀ, ਮੈਂ ਦੁਕਾਨ 'ਤੇ ਆਉਣਾ। ਅਤੇ ਕਹਿੰਦੀ ਵੀ ਬਹੁਤ ਵਧੀਆ, ਹੁਣ ਮੈਂ ਸੁਖੀ ਹਾਂ, ਵੀ ਉਹ ਮੇਰੀ ਬਾਤ ਵੀ ਪੁੱਛਦਾ, ਮੇਰੀ ਗੱਲ ਵੀ ਮੰਨਦਾ, ਅਤੇ ਸਾਡੇ ਜਿਹੜੇ ਮੰਮੀ ਨੇ ਕਹਿੰਦੀ ਉਹ ਵੀ ਹੁਣ ਖੁਸ਼ ਨੇ, ਬੜੇ ਪਿਆਰ ਨਾਲ ਰੱਖਦੇ ਆ ਕਹਿੰਦੀ ਮੈਨੂੰ। ਅਤੇ ਮੇਰੇ ਹਸਬੈਂਡ ਆ ਕਹਿੰਦੀ ਉਹ ਬਹੁਤ ਜ਼ਿਆਦਾ ਬਦਲਾਵ ਉਹਨਾਂ ਦੇ ਵਿੱਚ ਆ ਗਿਆ, ਵੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਇੱਕ ਜਾਨਵਰ ਦੀ ਤਰ੍ਹਾਂ ਬੰਦਾ ਹੈ, ਵੀ ਇਹ ਕਿਹੋ ਜਿਹਾ ਬੰਦਾ ਮਿਲ ਗਿਆ ਮੈਨੂੰ, ਵੀ ਇਸ ਤੋਂ ਚੰਗਾ ਵੀ ਜਾਂ ਤਾਂ ਮੈਂ ਮਰ ਜਾਂ ਜਾਂ ਇਹ ਮਰ ਜੇ। ਅਤੇ ਕਹਿੰਦੀ ਵੀ ਮੈਨੂੰ ਬਹੁਤ ਵਧੀਆ ਜ਼ਿੰਦਗੀ ਵਾਹਿਗੁਰੂ ਨੇ ਬਖਸ਼ੀ ਹੈ, ਅਤੇ ਉਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੀ ਹਾਂ ਮੈਂ ਹਮੇਸ਼ਾ। ਹਜੇ ਕਹਿੰਦੀ ਵੀ ਮੇਰੇ ਤੋਂ ਜਾਇਆ ਨਹੀਂ ਗਿਆ ਉਹਨਾਂ ਦਾ ਸ਼ੁਕਰਾਨਾ ਕਰਨ ਦੇ, ਅਰਦਾਸ ਕਰਵਾਉਣ ਦੇ ਲਈ, ਅਤੇ ਮੈਂ ਘਰ ਰੋਜ਼ਾਨਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ, ਵੀ ਵਾਹਿਗੁਰੂ ਜੀ ਤੁਹਾਨੂੰ ਦੱਸੀ ਵੀ ਇਸ ਤਰ੍ਹਾਂ ਤੁਸੀਂ ਲੇਖ ਬਦਲ ਸਕਦੇ ਹੋ, ਵੀ ਮੈਨੂੰ ਪਤਾ ਹੀ ਨਹੀਂ ਸੀਗਾ। ਅਤੇ ਕਹਿੰਦੀ ਵੀ ਮੈਂ ਰੋਜ਼ਾਨਾ ਪਾਠ ਕਰਕੇ ਅਰਦਾਸ ਕਰਦੀ ਹਾਂ ਅਤੇ ਸ਼ੁਕਰਾਨਾ ਕਰਦੀ ਹਾਂ, ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੋ ਵੀ ਤੁਸੀਂ ਮੈਨੂੰ ਹੁਣ ਜ਼ਿੰਦਗੀ ਬਖਸ਼ੀ ਹੈ, ਦਿੱਤੀ ਹੈ, ਅਤੇ ਵੀ ਬਹੁਤ ਵਧੀਆ ਹੈ, ਅਤੇ ਹੁਣ ਬੱਚੀ ਨੂੰ ਪੜ੍ਹਨ ਲੱਤਾ ਹੈ ਪ੍ਰਾਈਵੇਟ ਸਕੂਲ ਦੇ ਵਿੱਚ, ਕਿਉਂਕਿ 3.5 ਸਾਲ ਦੀ ਬੱਚੀ ਹੋ ਗਈ ਸੀਗੀ, ਅਤੇ ਕਹਿੰਦੀ ਵੀ ਹੁਣ ਉਹ ਸਕੂਲ ਜਾਂਦੀ ਹੈ, ਅਤੇ ਵਧੀਆ ਸਕੂਲ ਦੇ ਵਿੱਚ ਪੜ੍ਹਨ ਲਾਏ, ਆਪਣੇ ਆਪ ਉਹ ਬੱਸ ਚੜ੍ਹਾ ਕੇ ਆਉਂਦੇ ਨੇ, ਲੈ ਕੇ ਆਉਂਦੇ ਨੇ, ਅਤੇ ਬਹੁਤ ਪਿਆਰ ਕਰਦੇ ਆ ਬੱਚੀ ਨੂੰ ਵੀ, ਅਤੇ ਮੇਰਾ ਵੀ ਬਹੁਤ ਖਿਆਲ ਰੱਖਦੇ ਆ। ਅਤੇ ਇਸ ਤਰ੍ਹਾਂ ਇਹ ਵੀ ਵਾਹਿਗੁਰੂ ਅਰਦਾਸ ਜ਼ਰੂਰ ਸੁਣਦੇ ਨੇ, ਆਪਾਂ ਨੂੰ ਥੋੜ੍ਹਾ ਜਿਹਾ ਸਬਰ ਰੱਖਣਾ ਚਾਹੀਦਾ, ਅਤੇ ਅਰਦਾਸ ਦੇ ਵਿੱਚ ਜਿਹੜਾ ਤਨੋ ਮਨੋ ਅਰਦਾਸ ਹੋਣੀ ਚਾਹੀਦੀ ਹੈ, ਅਤੇ ਜਿਹੜਾ ਨਿਤਨੇਮ ਹੈ ਜਾਂ ਕਹਿ ਲਓ ਸੁਖਮਨੀ ਸਾਹਿਬ ਦਾ ਪਾਠ ਹੈ ਜ਼ਰੂਰ ਕਰਨਾ ਚਾਹੀਦਾ, ਅਤੇ ਵਾਹਿਗੁਰੂ ਦਾ ਊਟ ਆਸਰਾ ਜੇ ਆਪਾਂ ਲੈਂਦੇ ਹਾਂ ਤਾਂ ਭਰੋਸਾ ਹੋਵੇ ਵੀ ਹਾਂ ਇਹ ਕੰਮ ਹੋਊਗਾ। ਅਤੇ ਇਹ ਅੱਜ ਦੀ ਆਪਣੀ ਘਟਨਾ ਸੀਗੀ, ਜੇ ਸਾਰੀ ਵੀਡੀਓ ਦੇ ਵਿੱਚ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ਼ ਕਰ ਦਿਓ, ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਚੈਨਲ 'ਤੇ ਨਵੇਂ ਨੇ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ, ਅਤੇ ਵਾਹਿਗੁਰੂ ਸਾਰਿਆਂ 'ਤੇ ਆਪਣੀ ਕਿਰਪਾ ਬਣਾਈ ਰੱਖਣ, ਸਾਰਿਆਂ ਦੀਆਂ ਝੋਲੀਆਂ ਦੇ ਵਿੱਚ ਖੁਸ਼ੀਆਂ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।